ਮੇਰਾ ਨਾਮ ਲਖਵੀਰ ਸਿੰਘ ਜੀ। ਲਖਵੀਰ ਸਿੰਘ ਜੀ, ਜਾਣਨਾ ਚਾਹੁੰਦੇ ਹਾਂ ਕਿ ਜਿਹੜੀ ਗੁਰੂ ਨੂੰ ਯਾਦ ਕੀਤਾ ਗਿਆ, ਪਹਿਲਾਂ ਤਾਂ ਦੱਸੋ ਵੀ ਡਰਾਇੰਗ ਕਿਸ ਤਰ੍ਹਾਂ ਤਿਆਰ ਹੋਈ, ਕਿਉਂਕਿ ਲਿਖਣਾ ਬਹੁਤ ਮੁਸ਼ਕਲ ਸੀ। ਇਸ ਤਰ੍ਹਾਂ ਸੀ, ਪਹਿਲਾਂ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਸੀਗਾ, ਦੇਖਿਆ ਸੀ ਇਕੱਲਾ 550 ਲਿਖ ਕੇ ਦੇਖਿਆ ਸੀਗਾ, ਅਤੇ ਉਸ ਤੋਂ ਬਾਅਦ ਫਿਰ ਸਾਡੇ ਮਨ ਦੇ ਵਿੱਚ ਆਈਡੀਆ ਆਇਆ, ਜਦੋਂ ਸਾਨੂੰ ਉਹ ਵਧੀਆ ਬਣਿਆ ਵੀ ਸਾਨੂੰ ਇਹ ਵਧੀਆ ਤਰੀਕੇ ਨਾਲ ਅਸੀਂ ਆਪਣੇ ਵੱਲੋਂ ਡਰਾਇੰਗ ਬਣਾ ਕੇ ਕਰ ਸਕਦੇ ਹਾਂਗੇ, ਕਿਉਂਕਿ ਜਿਵੇਂ ਆਪਾਂ ਡਰਾਇੰਗ ਪੇਪਰ 'ਤੇ ਛੋਟੇ ਤਰੀਕੇ ਨਾਲ ਕੰਮ ਕਰਦੇ ਹਾਂਗੇ, ਉਸ ਤਰ੍ਹਾਂ ਨਾਲ ਆਪਾਂ ਉੱਥੇ ਸਕੇਲ ਜਾਂ ਪੈਨਸਲ ਲੈ ਕੇ ਬਣਾ ਲੈਂਦੇ ਹਾਂ। ਇਹਦੇ ਵਿੱਚ ਸਾਨੂੰ ਵੱਡਾ ਲਗਭਗ 100 ਫੁੱਟ ਏਰੀਆ ਚਾਹੀਦਾ ਸੀ ਲੰਬਾ, ਅਤੇ ਚੌੜਾ ਚਾਹੀਦਾ ਸੀ 70-80 ਕਰਮਾਂ, ਅਤੇ 100 ਕਰਮ ਲੰਬਾ ਅਤੇ 70-80 ਕਰਮਾਂ ਚੌੜਾ ਚਾਹੀਦਾ ਸੀਗਾ। ਉਹ ਏਰੀਏ ਦੇ ਵਿੱਚ ਅਸੀਂ ਨੇ ਅਲੱਗ ਅਲੱਗ ਸ਼ਬਦਾਂ ਦੀ ਜਿਵੇਂ ਕੰਪੋਜ਼ ਕੀਤੇ ਬਣਾਏ ਗਏ ਸਾਤੋਂ, ਉਸ ਤੋਂ ਬਾਅਦ ਫਿਰ ਅਸੀਂ ਉਹ 'ਤੇ ਟਰੈਕਟਰ ਨਾਲ ਹਲ ਵਾਹਿਆ, ਅਤੇ ਉਹ ਜੋ ਕਿ ਸਾਡੇ 550 ਸਾਲ ਗੁਰੂ ਦੇ ਨਾਲ ਲਿਖਿਆ ਗਿਆ, ਜੋ ਕਿ ਅਸੀਂ ਉਹਨੂੰ ਲਿਖ ਕੇ ਬਹੁਤ ਖੁਸ਼ੀ ਮਹਿਸੂਸ ਕਰਦੇ ਹਾਂ। ਕੀ ਨਾਮ ਹੈ ਜੀ? ਰਜਿੰਦਰ ਸਿੰਘ ਜੀ। ਰਜਿੰਦਰ ਸਿੰਘ ਜੀ, ਕਿੰਨੀ ਖੁਸ਼ੀ ਹੋ ਰਹੀ ਹੈ ਜਦੋਂ ਜਿਹੜਾ ਇੱਕ ਖੇਤ ਦੇ ਵਿੱਚ ਇੱਕ ਵੀਡੀਓ ਬਣਾਇਆ ਗਿਆ ਗੁਰੂ ਨੂੰ ਯਾਦ ਕੀਤਾ ਗਿਆ, ਤਾਂ ਹੁਣ ਉਹ ਦੇਸ਼ਾਂ ਵਿੱਚ ਵਾਇਰਲ ਹੋ ਰਿਹਾ ਹੈਗਾ? ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ, ਖੁਸ਼ੀ ਦਾ ਕੋਈ ਠਿਕਾਣਾ ਨਹੀਂ ਜੀ। ਮੇਰੇ ਛੋਟੇ ਵੀਰ ਰਣਜੀਤ ਸਿੰਘ ਨੇ, ਇਹ ਭਤੀਜੇ ਜੀ ਲਖਵੀਰ ਸਿੰਘ, ਇਹ ਗੁਰਜਨ ਸਿੰਘ ਕਾਕਾ ਨੇ, ਸਾਰਿਆਂ ਨੇ ਰਲ ਮਿਲ ਕੇ, ਸਾਰੀ ਟੀਮ ਹੋਰ ਖੜੀ ਹੈ ਜੀ, ਸਾਰਿਆਂ ਰਲ ਮਿਲ ਕੇ ਕਾਰਜ ਕਰਿਆ ਜੀ। ਪਹਿਲਾਂ ਸੋਚਿਆ ਸੀ ਵੀ ਕਦੇ ਮਤਲਬ ਕਿ ਨਹੀਂ, ਪਹਿਲਾਂ ਸਾਡੇ ਦਿਲ ਦੇ ਬਲਬਲੇ ਹੈਗੇ ਤੇ ਜ਼ਰੂਰ ਊਂ, ਪਰ ਸੋਚਦੇ ਤੇ ਗਏ, ਫਿਰ ਸਾਨੂੰ ਐਦ ਵੀ ਚਲੋ ਹੁਣ ਸੋਚਿਆ ਗਿਆ ਜੀ, ਹਾਂਜੀ ਹੁਣ ਮੌਕੇ ਦੀ ਚੱਲਦਾ ਨਾ 550 ਗੁਰੂ ਨਾਨਕ ਦੇਵ ਜੀ ਆ, ਇਹਦੇ ਕਰਕੇ ਸਾਨੂੰ ਮੌਕੇ 'ਤੇ ਯਾਦ ਆ ਗਈ, ਵੈਸੇ ਅਸੀਂ ਕਰਤਾ ਜੀ। ਹਾਂਜੀ, ਕੀ ਨਾਮ ਹੈ ਜੀ? ਮੇਰਾ ਨਾਮ ਰਣਜੀਤ ਸਿੰਘ ਹੈ ਜੀ। ਰਣਜੀਤ ਸਿੰਘ ਜੀ, ਜਾਣਨਾ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਇਆ ਕਿ ਗੁਰੂ ਨੂੰ ਇੱਕ ਵੱਖਰੇ ਅੰਦਾਜ਼ ਦੇ ਵਿੱਚ ਖੇਤ ਦੇ ਵਿੱਚ ਯਾਦ ਕੀਤਾ ਜਾਵੇ? ਦਿਮਾਗ ਦੇ ਵਿੱਚ ਤਾਂ ਹੁਣ ਜੀ ਅੱਜ ਦੇ ਟਾਈਮ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਪੁੱਤ ਸਾਹਿਬ ਚੱਲ ਰਿਹਾ ਹੈਗਾ 550 ਸਾਲ, ਇਹਦੇ ਵਿੱਚ ਹੁਣ ਸਾਰੀ ਦੁਨੀਆ ਦੀਆਂ ਨਜ਼ਰਾਂ ਇਸੇ ਦੇ ਉੱਤੇ ਲੱਗੀਆਂ ਹੋਈਆਂ। ਸਾਡੇ ਵੀ ਮਨ ਦੇ ਵਿੱਚ ਖਿਆਲ ਆਇਆ ਵੀ ਅਸੀਂ ਇੱਕ ਵੱਖਰੀ ਕੋਈ ਚੀਜ਼ ਕਰਕੇ ਵੇਖੀਏ, ਤਾਂ ਜਦੋਂ ਅਸੀਂ ਖੇਤ ਹਲ ਵਾਹੁੰਦੇ ਵਾਹੁੰਦੇ ਦੇ ਦੇਖਿਆ ਮਿਣ ਕੇ ਅੱਖਰ ਪਾ ਕੇ ਦੇਖੇ 550 ਸਾਲ, ਅਤੇ ਬਹੁਤ ਹੀ ਸਾਨੂੰ ਆਪਣੇ ਮਨ ਨੂੰ ਵਧੀਆ ਲੱਗੇ, ਅਤੇ ਉਸ ਤੋਂ ਬਾਅਦ ਫਿਰ ਅਸੀਂ ਦੂਸਰੇ ਦਿਨ ਡਰੋਨ ਮੰਗਾ ਕੇ ਅਤੇ 550 ਸਾਲ ਗੁਰੂ ਦੇ ਨਾਲ ਜੋ ਲਿਖਿਆ, ਅਤੇ ਉਸ ਤੋਂ ਬਾਅਦ ਜਦੋਂ ਅਸੀਂ ਨੇ ਉਹ ਨੈੱਟ 'ਤੇ ਪਾਈ ਤਾਂ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ, ਅਤੇ ਇਸ ਕਰਕੇ ਗੁਰੂ ਨਾਨਕ ਦੇਵ ਜੀ ਦਾ ਅਸੀਂ ਬਹੁਤ ਜ਼ਿਆਦਾ ਦਿਲੋਂ ਧੰਨਵਾਦ ਕਰਦੇ ਹਾਂ ਵੀ ਜਿਨ੍ਹਾਂ ਨੇ ਸਾਡੇ ਤੋਂ ਐਡੀ ਵੱਡੀ ਸੇਵਾ ਲਿੱਤੀ। ਸਾਡੇ ਕੋਈ ਮਨ ਦੇ ਵਿੱਚ ਕਿੰਨੀ ਕੁ ਮਤਲਬ ਕਿ ਖੁਸ਼ੀ ਹੁੰਦੀ ਹੈ, ਕਿੱਥੋਂ ਕਿੱਥੋਂ ਫੋਨ ਆ ਰਹੇ ਨੇ? ਫੋਨ ਤਾਂ ਜੀ ਦੇਸ਼ਾਂ ਵਿਦੇਸ਼ਾਂ ਤੋਂ ਸਾਰੇ ਥਾਵਾਂ ਆ ਰਹੇ ਨੇ ਜੀ, ਬਾਕੀ ਖੁਸ਼ੀ ਤਾਂ ਅੰਦਾਜ਼ਾ ਕੋਈ ਟਿਕਾਣਾ ਨਹੀਂ ਹੈਗਾ, ਕਿਉਂ ਖੁਸ਼ੀ ਤਾਂ ਇੱਕ ਤਾਂ ਪਰਮਾਤਮਾ ਨੇ ਆਪਣਾ ਕੋਰੀਡੋਰ ਖੋਲ੍ਹਿਆ ਜਿਹੜਾ ਕਰਤਾਰਪੁਰ ਸਾਹਿਬ ਵਾਲਾ, ਉਹ ਬਹੁਤ ਹੀ ਆਪਦੇ ਆਪ 'ਚ ਬਹੁਤ ਵੱਡੀ ਗੱਲ ਹੈਗੀ, ਅਤੇ ਉਸ ਤੋਂ ਬਾਅਦ ਜੋ ਪਰਮਾਤਮਾ ਨੇ ਸਾਤੋਂ ਇਹ ਆਪਦਾ ਨਾਂ ਲਿਖੇ ਪਿਆ ਕੇ ਉਹ ਕੀਤਾ, ਤਾਂ ਇਸਦੇ ਵਿੱਚ ਸਾਨੂੰ ਬਹੁਤ ਹੀ ਮਾਣ ਮਹਿਸੂਸ ਵਾਲੀ ਗੱਲ ਹੈ, ਅਤੇ ਬਹੁਤ ਹੀ ਖੁਸ਼ੀ ਹੈਗੀ। ਰਣਜੀਤ ਸਿੰਘ ਜੀ, ਕਿੰਨੇ ਮਤਲਬ ਕਿ ਏਕੜ ਦੇ ਵਿੱਚ ਜਿਹੜਾ ਇਹ ਬਣ ਕੇ ਤਿਆਰ ਹੋਇਆ? ਤਕਰੀਬਨ ਸਾਡੇ ਮੇਰੇ ਭਤੀਜਾ ਜੀ ਨੇ ਲਖਵੀਰ ਸਿੰਘ, ਜੋ ਬਿਜਲੀ ਬੋਰਡ 'ਚ ਨੌਕਰੀ ਕਰਦੇ ਨੇ, ਅਤੇ ਉਹਨਾਂ ਨੂੰ ਮੈਂ ਰਾਏ ਕਰੀ ਵੀ ਆਪਾਂ ਇਹ ਲਿਖ ਕੇ ਕਿਵੇਂ ਕਰੀਏ, ਤਾਂ ਉਹਨਾਂ ਨੇ ਜਦੋਂ ਅਸੀਂ ਪਹਿਲਾਂ ਇੱਕ ਅੱਖਰ ਪਾ ਕੇ ਦੇਖਿਆ ਜੀ ਸਾਈਡ 'ਤੇ ਹੋਰ ਵਾਹਨ ਦੇ ਵਿੱਚ, ਤਾਂ ਜਦੋਂ ਉਹਨੂੰ ਮਿਣਤੀ ਕਰੀ ਤਕਰੀਬਨ ਸਾਡੇ 70-80 ਕਰਮਾਂ ਲੰਬਾਈ ਅਤੇ 10-12 ਕਰਮਾਂ ਸਾਨੂੰ ਚੌੜਾ ਜਗ੍ਹਾ ਲੈਣੀ ਪਈ, ਤਕਰੀਬਨ 2-2.5 ਏਕੜ ਦੇ ਵਿੱਚ ਜਾਣੀ ਸਾਰਾ ਸਾਤੋਂ ਪਰਮਾਤਮਾ ਨੇ ਬਹੁਤ ਹੀ ਵਧੀਆ ਅੱਖਰ ਲਿਖਿਆ। Thank you.